ਛੋੜ ਕੇ ਆਏ ਹਾਂ ਬ੍ਰੇਸ਼ਰ ਥੀਏਟਰ ਵਿੱਚ ਨਸ਼ਾ ਉਹਨਾਂ ਦਾ ਲਗਾਤਾ ਸੀਗਾ ਅਤੇ ਅਕਸਰ ਹੀ ਕਿਸੇ ਦਾ ਕੰਮ ਦਾਮ ਜੋ ਮਤਲਬ ਕੋਈ ਆਪਣਾ ਜਾਂ ਕੋਈ ਪੁਰਾਇਆ ਕਿਸੇ ਦਾ ਆਪਰੇਸ਼ਨ ਵਗੈਰਾ ਹੋਵੇ ਅਤੇ ਮੈਂ ਨਾਲ ਖੜ੍ਹੀ ਹੋ ਕੇ ਆਪਣੇ ਨਾਲ ਖੜ੍ਹੀ ਹੋਈ ਆਪਰੇਸ਼ਨ ਥੀਏਟਰ 'ਚ ਅਤੇ ਅੱਜ ਵੀ ਮੈਂ ਗਈ ਹਾਂ ਆਪਰੇਸ਼ਨ ਥੀਏਟਰ ਬਾਜੀ ਦੇ ਨਾਲ ਅਤੇ ਬਾਜੀ ਨੂੰ ਹੌਸਲਾ ਦਿੱਤਾ ਦਰੂਸ਼ੀ ਪੜ੍ਹ ਕੇ ਫੂਕਾਂ ਮਾਰਦੀ ਰਹੀ ਹਾਂ ਅਤੇ ਜਦੋਂ ਨਸ਼ਾ ਉਹਨੂੰ ਆਪਰੇਸ਼ਨ ਸ਼ੁਰੂ ਕਰਨ ਲੱਗੇ ਸੀਗੇ ਫਿਰ ਮੈਨੂੰ ਥੋੜ੍ਹਾ ਜਿਹਾ ਮੈਂ ਕਿਹਾ ਹੋਰ ਤਰ੍ਹਾਂ ਹੋਈ ਗਾਈ ਗਿਆ ਆਪਣਾ ਫੋਨ ਅਤੇ ਮੈਂ ਭਾਜ ਕੰਮ ਦੀ ਸੀ ਇਸ ਵੇਲੇ ਭਾਜ ਪਰੇਸ਼ਾਨ ਹੋ ਗਿਆ ਭਾਜ ਬੋਲਣ ਲੱਗ ਗਿਆ ਭਾਜ ਅੱਖਾਂ ਭਰੇ ਗਿਆ ਭਾਜ ਬਾਹਰ ਚਲੇ ਗਿਆ ਇਸ ਕਰਕੇ ਵੀ ਮੈਨੂੰ ਥੋੜ੍ਹਾ ਜਿਹਾ ਨਾ ਹੋਰ ਤਰ੍ਹਾਂ ਹੋਣ ਲੱਗ ਗਈ ਮੈਂ ਕਿਹਾ ਨਹੀਂ ਮੈਂ ਦੋਸਤ ਸਾਹਿਬ ਚੱਲੀ ਹਾਂ ਬਾਹਰ ਅਤੇ ਮੈਂ ਫਿਰ ਬਾਹਰ ਆ ਗਈ ਹਾਂ ਸਭ ਵਾਸਤੇ ਅਪੀਲ ਆ ਮੈਨੂੰ ਕਦੇ ਵਾਸਤੇ ਦੁਆ ਕਰਨਾ ਅੱਲਾਹ ਪਾਕ ਨੂੰ ਤੰਦਰੁਸਤੀ ਦੇਵੇ ਸਿਹਤ ਦੇਵੇ ਅਤੇ ਜਲਦ ਤੋਂ ਜਲਦ ਸਿਹਤ ਯਾਬ ਹੋ ਜਾਵੇ ਅਤੇ ਮੇਰਾ ਵੀ ਮਾਸ਼ਾਅੱਲਾ ਬੱਚਿਆਂ ਦਾ ਵੀ ਆਪਰੇਸ਼ਨ ਹੋਇਆ ਬੱਚਿਆਂ ਵਾਲੀ ਵੀ ਪੈਂਡਸ ਦਾ ਆਪਰੇਸ਼ਨ ਹੋਇਆ ਪਿੱਤੇ ਦਾ ਆਪਰੇਸ਼ਨ ਹੋਇਆ ਮੇਰੇ ਪੰਜ ਛੇ ਆਪਰੇਸ਼ਨ ਹੋਏ ਨੇ ਅਤੇ ਜਿਹੜੇ ਆਪਰੇਸ਼ਨ ਆ ਇਹ ਵੀ ਇੰਨੇ ਜ਼ਿਆਦਾ ਚੰਗੇ ਨਹੀਂ ਹੈਗੇ ਪਹਿਲਾਂ ਤਾਂ ਸਾਨੂੰ ਮੇਰੇ ਹੱਥ ਵਾਸਤੇ ਸਾਡੀ ਦੁਆ ਆ ਜੋ ਵੀ ਬਿਮਾਰ ਅੱਲਾਹ ਤਾਲਾ ਉਹਨਾਂ ਨੂੰ ਖਾ ਦੇਵੇ ਬੇਗਮ ਸਾਹਿਬਾਂ ਨਾਲ ਗਿਆ ਜਿਵੇਂ ਕਿ ਉਹ ਪਹਿਲੇ ਬੇਗਮ ਸਾਹਿਬ ਦੱਸ ਚੁੱਕੇ ਨੇ ਆਪਰੇਸ਼ਨ ਥੀਏਟਰ ਵਿੱਚ ਬੇਗਮ ਸਾਹਿਬ ਨੂੰ ਇਜਾਜ਼ਤ ਇਸ ਚੀਜ਼ ਦੀ ਕਿ ਨਾਲ ਕਰੋਗੇ ਆਪਰੇਸ਼ਨ ਦੇ ਨਾਲ ਕਰੋਗੇ ਮੈਂ ਡਾਕਟਰ ਸਾਹਿਬ ਦੀ ਅਰਥੀ ਕਰਾ ਸਕਦੇ ਹਨ ਉਸ ਤੋਂ ਇਲਾਵਾ ਵੈਸੇ ਵੀ ਪੇਸ਼ੈਂਟ ਨਾਲ ਜਦੋਂ ਬੇਗਮ ਸਾਹਿਬ ਜਾਂਦੇ ਅਤੇ ਪੇਸ਼ੈਂਟ ਨੂੰ ਬਜ਼ਾਇਰ ਤੋਂ ਹੋਸ਼ ਨਹੀਂ ਆਉਂਦਾ ਲੇਕਿਨ ਉਹ ਇੱਕ ਜ਼ਹਿਨੀ ਤੌਰ 'ਤੇ ਪੇਸ਼ੈਂਟ ਜਿਹੜਾ ਨਾ ਮੁਤਮਿਨ ਹੁੰਦਾ ਕਿ ਮੇਰਾ ਆਪਣਾ ਵੀ ਮੇਰੇ ਨਾਲ ਕੋਈ ਬੈਠਾ ਹੈ ਅਤੇ ਇਸ ਵਾਸਤੇ ਬੇਗਮ ਸਾਹਿਬ ਨਾਲ ਗਏ ਸੀ ਬੇਗਮ ਸਾਹਿਬ ਉਹਨਾਂ ਨੂੰ ਪੇਸ਼ੈਂਟ ਇੱਥੇ ਸ਼ਿਫਟ ਕਰਾ ਕੇ ਆ ਗਏ ਅਤੇ ਸਰਜਨ ਸਾਹਿਬ ਜਿਹੜੇ ਸੀ ਸਾਡੇ ਸਪੈਸ਼ਲਿਸਟ ਸਰਜਨ ਸੀ FCPSC ਪ੍ਰੋਫੈਸਰ ਸੀ ਜਿਹਨਾਂ ਨੂੰ ਅਸੀਂ ਬੁਲਾਇਆ ਪੇਟ ਵਾਸਤੇ ਅਤੇ ਡਾਕਟਰ ਸਾਹਿਬ ਦੋ ਯਾਨੀ ਕਿ ਡਾਕਟਰ ਸਾਹਿਬ ਹਨ ਇੱਕ FCPS ਸਰਜਨ ਹੈ ਦੋ ਡਾਕਟਰ ਸਾਹਿਬ ਨਾਲ ਹੋਰ ਹੈ ਅਤੇ ਮੁਕੰਮਲ ਯਾਨੀ ਕਿ ਇੱਕ ਟੀਮ ਜਿਵੇਂ ਡਾਕਟਰਾਂ ਦੀ ਹੁੰਦੀ ਹੈ ਮੁਕੰਮਲ ਟੀਮ ਆਈ ਆ ਬਾਜੀ ਦਾ ਆਪਰੇਸ਼ਨ ਵਗੈਰਾ ਇਸ ਟਾਈਮ ਸ਼ੁਰੂ ਹੈ ਸਭ ਭੈਣ ਭਈਆਂ ਕਿ ਦੁਆ ਹੈ ਕਿ ਬਾਜੀ ਵਾਸਤੇ ਬਹੁਤ ਜ਼ਿਆਦਾ ਦੁਆ ਕਰਨ ਕਿਉਂਕਿ ਬਾਜੀ ਜਿਹੜੀ ਹੈ ਨਾ ਟੈਨਸ਼ਨ ਲੈ ਜਾਂਦੀ ਹੈ ਬਸ ਹੋਇਆ ਕੁਛ ਇਸ ਤਰ੍ਹਾਂ ਕਿ ਅਚਾਨਕ ਬਾਜੀ ਦੀ ਤਬੀਅਤ ਖਰਾਬ ਹੋਈ ਮੈਨੂੰ ਦੱਸਿਆ ਇਹਨਾਂ ਨੇ ਅਤੇ ਸਾਡੇ ਕੋਲ ਇੱਕ ਇੱਥੇ ਹੋਰ ਨਿਸ਼ਤਾ ਦੇ ਪ੍ਰੋਫੈਸਰ ਬਹਿੰਦੇ ਸੀ ਅਤੇ ਮੈਂ ਉਹਨਾਂ ਕੋਲ ਬਾਜੀ ਨੂੰ ਲੈ ਗਿਆ ਉੱਥੇ ਜਾ ਕੇ ਅਸੀਂ ਅਲਟਰਾਸਾਊਂਡ ਵਗੈਰਾ ਕਰਾਇਆ ਅਲਟਰਾਸਾਊਂਡ ਕਰਾਇਆ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਆਹ ਮਸਲਾ ਆ ਰਿਹਾ ਜ਼ਿਆਦਾ ਸੀਰੀਅਸ ਉਹਨਾਂ ਨੇ ਕਿਹਾ ਜੀ ਪਿੱਤੇ ਪੱਥਰੀਆਂ ਇਤਨੀਆਂ ਜ਼ਿਆਦੀਆਂ ਹੋ ਗਈਆਂ ਨਾ ਕਿ ਜਿੰਨੀਆਂ ਕਿ ਤੁਹਾਡੀ ਸੋਚ ਵੀ ਨਹੀਂ ਅਤੇ ਜਿੰਨਾ ਜਲਦੀ ਹੋ ਸਕਦਾ ਇਹਨਾਂ ਤੁਸੀਂ ਕਢਾ ਦਿਓ ਆਪਰੇਸ਼ਨ ਕਰਕੇ ਅਗਰ ਤੁਸੀਂ ਨਹੀਂ ਕਢਾਉਂਦੇ ਕੈਂਸਰ ਵੀ ਬਣ ਸਕਦਾ ਹੋਰ ਵੀ ਕਾਫੀ ਸਾਰੇ ਮਸਲਮ ਸਾਇਲ ਹੋ ਸਕਦੇ ਹਨ ਇਹ ਨਾ ਹੋਵੇ ਕਿ ਉਹਦੀ ਵਜ੍ਹਾ ਤੋਂ ਕੋਈ ਜਾਨ ਜਾ ਸਕੇ ਹਾਂਜੀ ਅਤੇ ਇਸ ਵਾਸਤੇ ਉਹਨਾਂ ਨੇ ਸਾਨੂੰ ਵਾਰ ਵਾਰ ਇਹੀ ਗੱਲ ਕੀਤੀ ਉਹਨੇ ਕਿਹਾ ਫੀਸ ਬਾਈ ਜਿੰਨਾ ਜਲਦੀ ਹੋ ਸਕਦਾ ਤੁਸੀਂ ਆਪਰੇਟ ਕਰੋ ਫਿਰ ਅਸੀਂ ਘਰ ਗਏ ਸਾਰਾ ਮਸ਼ਵਰ ਕੀਤਾ ਕਿਉਂਕਿ ਅੱਜ ਬੰਦੇ ਨੂੰ ਹਰ ਚੀਜ਼ ਨੂੰ ਦੇਖਭਾਲ ਕਰਕੇ ਆਪਣੇ ਹਿਸਾਬ ਨਾਲ ਤੁਹਾਨੂੰ ਸੁਣਨਾ ਪੈਂਦਾ ਬਸ ਅੱਜ ਫਿਰ ਤਬੀਅਤ ਰਾਤ ਦੀ ਇਹਨਾਂ ਦੀ ਕਾਫੀ ਜ਼ਿਆਦਾ ਖਰਾਬ ਸੀ ਮੈਨੂੰ ਰਾਤੀ ਤਕਰੀਬਨ 11 ਵਜੇ ਇਹਨਾਂ ਨੇ ਫੋਨ ਕੀਤਾ ਕਿ ਫੀਸ ਬਾਈ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ ਅਤੇ ਤੁਸੀਂ ਜਰਾ ਡਾਕਟਰ ਕੋਲ ਟਾਈਮ ਲੈ ਲਓ ਮੈਂ ਫਿਰ ਡਾਕਟਰ ਸਾਹਿਬ ਜਿਹੜੇ ਸੀ ਉਹਨਾਂ ਨਾਲ ਰਾਬਤਾ ਕੀਤਾ ਰਾਬਤਾ ਕਰਕੇ ਉਹਨਾਂ ਨਾਲ ਫਿਰ ਮੈਂ ਟਾਈਮ ਬਾਈ ਕੇ ਪ੍ਰੈਸੀਡੈਂਟ ਲੈ ਕੇ ਅਸੀਂ ਬੋਇਸ ਅਸੀਂ ਆ ਕੇ ਇਹਨਾਂ ਨੂੰ ਚੈੱਕ ਕਰਾਇਆ ਅਤੇ ਹੁਣ ਅਸੀਂ ਲੈ ਜਾ ਕੇ ਹੁਣ ਡਾਕਟਰ ਸਾਹਿਬ ਇਸ ਨੂੰ ਆਪਰੇਸ਼ਨ ਵਗੈਰਾ ਕਰ ਰਹੇ ਹਾਂ ਮੈਂ ਪਰਸੋਂ ਵੀ ਉੱਥੇ ਭਾਜੀ ਉਹਨਾਂ ਦੇ ਕੋਲ ਹੀ ਅਤੇ ਨਰਸਿੰਗ ਡਾਕਟਰ ਇਹਨਾਂ ਦੋਨਾਂ 'ਚ ਬਹੁਤ ਸ਼ਦੀਦ ਦਰਦ ਰਹੇ ਮੈਂ ਮੂੰਹ 'ਤੇ ਸੋਜਿਸ਼ ਨਜ਼ਰ ਆ ਰਹੀ ਹੈ ਮੇਰੇ ਭੈਣ ਨੂੰ ਜੇ ਸੋਜਿਸ਼ ਨਿਕਲ ਆਈ ਮੈਨੂੰ ਆਪ ਸਮਝ ਨਹੀਂ ਆਈ ਸੋਜਿਸ਼ ਕਿਉਂ ਇੱਧਰ ਵਾਲੀ ਨੀਚੇ ਵੀ ਦਾਲ ਉਹਨਾਂ ਨਿਕਾਲੀ ਠੀਕ ਹੋ ਗਈ ਠੀਕ ਹੈ ਨਾ ਉਹ ਬਿਹਤਰ ਆ ਲੇਕਿਨ ਦਰਦ ਤਾਂ ਹੁੰਦੀ ਆ ਲੇਕਿਨ ਬਿਹਤਰ ਆ ਅਤੇ ਅੱਜ ਅਸੀਂ ਉੱਧਰ ਰਹਿਣਾ ਸੀਗਾ ਫਿਰ ਟਾਈਮ ਹੀ ਖਤਮ ਹੋ ਗਿਆ ਲੇਕਿਨ ਇਹ ਵੀ ਜ਼ਿਆਦਾ ਜ਼ਰੂਰੀ ਸੀਗਾ ਕਿ ਉਹਦਾ ਦੁੱਖ ਦੇਖ ਕੇ ਆਪਣਾ ਦੁੱਖ ਹਾਂਜੀ ਅਤੇ ਉਹ ਇਨਸਾਨ ਨਹੀਂ ਜੋ ਆਪਾਂ ਕਿਉਂਕਿ ਅਸੀਂ ਹਰ ਟਾਈਮ ਆਪਣੇ ਭਾਈ ਸਾਰ ਹੋ ਗਿਆ ਬਾਜੀ ਮੁਨੀਰਾਂ ਹੋ ਗਏ ਜਾਂ ਬਾਕੀ ਬੇਗਮ ਸਾਹਿਬ ਦਾ ਭਰਾ ਹੋਵੇ ਜਾਂ ਕੋਈ ਵੀ ਸਾਡੀ ਫੈਮਿਲੀ ਦਾ ਵੀ ਕੋਈ ਵੀ ਮਸਲਾ ਹੋਵੇ ਅਸੀਂ ਹਰ ਦੁੱਖ ਸੁੱਖ ਦੀ ਕਰੀਏ ਛੱਡ ਬੰਦੇ ਦੇ ਨਾਲ ਖੜ੍ਹੇ ਰਹਿੰਦੇ ਹਾਂ ਅਸੀਂ ਕਦੀ ਇਹ ਨਹੀਂ ਚੀਜ਼ ਮਹਿਸੂਸ ਕੀਤੀ ਪਈ ਕਿ ਇਸ ਟਾਈਮ ਕੋਈ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਨਹੀਂ ਅਸੀਂ ਹਰ ਟਾਈਮ ਹਰ ਬੰਦੇ ਦੇ ਨਾਲ ਹਾਂ ਹਾਂਜੀ ਅੱਛਾ ਜੀ ਮਾਸ਼ਾਅੱਲਾ ਬਾਜੀ ਲੈ ਕੇ ਆਏ ਸੀ ਥੀਏਟਰ ਤੋਂ ਬਾਹਰ ਅਤੇ ਬਾਜੀ ਦੀ ਥੋੜ੍ਹੀ ਜਿਹੀ ਕਿੱਦਾਂ ਕਿਹਨਾਂ ਨੇ ਕਿਸਮਤ ਤਵਾਜੋ ਕੀਤੀ ਬਾਜੀ ਕਿਵੇਂ ਤਵੱਜੋ ਕੀਤੀ ਹੁਣ ਬਾਜੀ ਮਾਸ਼ਾਅੱਲਾ ਹੋਸ਼ ਵਿੱਚ ਆ ਟਾਈਮ ਤਾਂ ਲੱਗੇਗਾ ਆਹਿਸਤਾ ਆਹਿਸਤਾ ਹੋਸ਼ ਆਏਗਾ ਹਾਂਜੀ ਐਕਟਿਵ ਜਿਵੇਂ ਹੁੰਦਾ ਨਾ ਬੰਦਾ ਉਹ ਸੁਬਹ ਜਾ ਕੇ ਹੋਏਗਾ ਇਸ ਕਰਕੇ ਉਹ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਜਿਸਮ ਮੋਟਾ ਮੋਟਾ ਵਾ ਅਤੇ ਕਹਿ ਰਹੀ ਸੀ ਕਿ ਮੈਂ ਲੱਤਾਂ ਦਬਾ ਦਿਉ ਮੈਂ ਚਲੋ ਮੈਂ ਲੱਤਾਂ ਵੀ ਦਬਾਉਣੀ ਹੈ ਸਵੇਰੇ ਅਸੀਂ ਖਾਣਾ ਖਾ ਕੇ ਗਏ ਭਾਅ ਜੀ ਖਾਣਾ ਲੈ ਕੇ ਆਏ ਸੀ ਖਾਣੇ ਸੀ ਟੈਨਸ਼ਨ ਅਤੇ ਖਾਣਾ ਠੰਡਾ ਨਾ ਹੋ ਜਾਵੇ
ਤੇ ਅੱਜ ਰਾਤ ਮੈਂ ਬਾਜੀ ਦੇ ਕੋਲ ਨਹੀਂ ਆ, ਜ਼ਿਆਦਾ ਪਾਪਾ ਘਰ ਚਲੇ ਜਾਣਗੇ, ਅੱਲਾ ਖੈਰ ਕਰੇ ਮੈਂ ਤਾਂ ਭਾਜੀ ਇੱਥੇ ਰਹਾਂਗਾ। ਮੈਂ ਤਾਂ ਕਿਹਾ ਤੁਸੀਂ ਵੀ ਰਹਿ ਜਾਓ ਮੇਰੇ ਕੋਲ ਅਤੇ ਉਹਨੂੰ ਭੇਜ ਦਿਓ ਭਾਜੀ ਘਰ ਚੱਲ। ਚਲੋ ਭਾਜੀ ਮੈਂ ਮਸ਼ਵਰਾ ਕਰ ਲੈਂਦਾ ਨਾ, ਅਗਰ ਭਾਜੀ ਘਰ ਜਾਂਦਾ ਤਾਂ ਫਿਰ ਭਾਜੀ ਨੂੰ ਭੇਜ ਦਿੰਦੇ ਹਾਂ, ਠੀਕ ਹੈ, ਨਹੀਂ ਤਾਂ ਫਿਰ ਮੈਂ ਚਲ ਜਾਵਾਂਗਾ। ਲੇਕਿਨ ਮੇਰਾ ਜਾਣ ਦਾ ਇਹ ਹੈ ਨਾ ਕਿ ਮੈਂ ਸੁਬਹ ਜਾ ਕੇ ਫਿਰ ਦੁਕਾਨ ਵੀ ਤਾਂ ਖੋਲ੍ਹਣੀ ਹੈ ਨਾ। ਹਾਂਜੀ ਉਹ ਫਿਰ ਮੇਰੇ ਘਰ ਹੀ ਆਪਦਾ ਭੈਣ ਅਤੇ ਦੂਸਰਾ ਜਿਹੜਾ ਵਾ ਕੀ ਨਾਮ ਆਉਂਦਾ ਤੈਯਬ ਅਤੇ ਜ਼ੈਨ, ਜ਼ੈਨ ਤੈਯਬ ਵੀ ਚਲੇ ਗਿਆ ਉਹ ਡਿਊਟੀ ਤੋਂ ਘਰ, ਅਤੇ ਉਹ ਵੀ ਜਾ ਕੇ ਆਪਣੇ ਘਰ ਵਜੋਂ ਦੇਗਾ ਇਨਸ਼ਾਅੱਲਾ। ਅਤੇ ਵੀਰ ਬਾਈ ਸੈਂਪਲ ਹੁਣ ਦੇ ਦੇਵਾ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਸਾਡੇ ਸਾਹਮਣੇ ਕੰਮ ਸ਼ੰਮ ਹੋ ਰਿਹਾ ਜੀ। ਖਾਲੀ ਪਲਾਟ ਪਏ ਸੀ, ਕਾਫੀ ਜ਼ਿਆਦਾ ਇੱਥੇ ਗੰਦ ਖਰਾਬ ਹੁੰਦਾ ਸੀ, ਅਤੇ ਸਾਡੇ ਪਿੱਛੇ ਸਾਹਿਬ ਲੋਕ ਬੈਠੇ ਜਿਵੇਂ ਕਿ ਸ਼ੇਖ ਬਰਾਦਰੀ ਹੈ, ਉਹਨਾਂ ਇਸ ਪਲਾਟ ਵਾਲੇ ਭਾਈ ਦਾ ਸੌਦਾ ਹੋ ਗਿਆ ਸੀ, ਅਤੇ ਮੈਂ ਫਿਰ ਉਹਨਾਂ ਕੋਲ ਗਿਆ। ਮੈਂ ਕਿਹਾ ਯਾਰ ਇੱਕ ਛੋਟੀ ਜਿਹੀ ਰਿਕੁਐਸਟ ਸੀ ਤੁਹਾਡੇ ਨਾਲ, ਕਹਿੰਦੇ ਜੀ ਬਾਈ ਜਾਨ ਹੁਕਮ ਕਰੋ। ਮੈਂ ਕਿਹਾ ਯਾਰ ਤੁਸੀਂ ਨਾ ਇੱਥੇ ਚਾਰ ਦੀਵਾਰੀ ਕਰਾ ਕੇ ਇਹਨੂੰ ਬੰਦ ਕਰਾ ਦਿਓ, ਜਦੋਂ ਮੈਂ ਕਿਹਾ ਬੰਦ ਹੋ ਜਾਏਗਾ ਨਾ ਇੱਥੇ ਗੰਦ ਖਰਾਬ ਖਤਮ ਹੋ ਜਾਣਾ। ਅਤੇ ਉਹ ਕਹਿੰਦੇ ਬਾਈ ਜਾਨ ਕੋਈ ਮਸਲਾ ਹੀ ਕੋਈ ਨਹੀਂ। ਮੈਂ ਕਿਹਾ ਜੀ ਤੁਹਾਡੀ ਬੜੀ ਮਿਹਰਬਾਨੀ। ਅਤੇ ਫਿਰ ਉਹਨਾਂ ਨੇ ਜਨਾਬ ਆਪਣੀਆਂ ਇੱਟਾਂ ਵਗੈਰਾ ਮੰਗਵਾਈਆਂ, ਤਕਰੀਬਨ ਮੇਰੇ 3 ਟਰਾਲੀਆਂ ਉਹਨਾਂ ਦੀ ਇੱਟਾਂ ਦੀਆਂ ਲੱਗੀਆਂ, ਉਹਦੇ 'ਚ ਉਹਨਾਂ ਨੇ ਕੰਮ ਵਗੈਰਾ ਆਪਣਾ ਸ਼ੁਰੂ ਕਰ ਦਿੱਤਾ ਹੈ। ਕਾਫੀ ਕੰਮ ਸ਼ੰਮ ਹੋ ਰਿਹਾ ਸੀ ਅਤੇ ਗੇਟ ਵੀ ਦਰਮਿਆਨ ਲਾਉਣਗੇ, ਕਹਿੰਦੇ ਸੀ ਅਸੀਂ ਇਹਨੂੰ ਬੰਦ ਕਰਾ ਕੇ ਨਾ। ਪਿੱਛੇ ਵੀ ਘਰ ਉਹਨਾਂ ਦਾ ਕਾਫੀ ਵੱਡਾ ਘਰ ਹੈ ਉਹਨਾਂ ਦਾ, ਕਹਿੰਦਾ ਅਸੀਂ ਇਹਨਾਂ ਨੂੰ ਗ੍ਰਾਸੀ ਪਲਾਟ ਫਿਰ ਬਣਾ ਦਿਆਂਗੇ ਜਾਂ ਕੋਈ ਦਰਖਤ ਵਗੈਰਾ ਲਾ ਦਿਆਂਗੇ ਜਾਂ ਕੋਈ ਇਹੋ ਜਿਹਾ ਸਿਸਟਮ ਕਰਦੇ ਹਾਂ। ਫਿਲਹਾਲ ਕਹਿੰਦਾ ਅਸੀਂ ਇਹਨੂੰ ਇੱਥੇ ਬੰਦ ਕਰ ਦਿੰਦੇ ਹਾਂ ਤਾਂ ਕਿ ਤੁਹਾਡਾ ਜਿਹੜਾ ਨਾਲ ਤੁਹਾਨੂੰ ਜੇ ਤਕਲੀਫ ਹੋ ਰਹੀ ਹੈ ਗੰਦ ਖਰਾਬ ਹੈ, ਕਹਿੰਦਾ ਉਹ ਵੀ ਖਤਮ ਹੋ ਜਾਏਗੀ। ਅਤੇ ਸਾਡਾ ਵੀ ਯਾਨੀ ਕਿ ਸੀਐਨ ਲਾ ਲਓ, ਗਰਾਜ ਲਾ ਲਓ, ਪਾਰਕ ਲਾ ਲਓ, ਜੋ ਮਰਜ਼ੀ ਕਹਿੰਦਾ ਅਸੀਂ ਬਣਾ ਲਓ। ਅਸੀਂ ਕਹਿੰਦੇ ਇਹਦੇ ਅੰਦਰ ਆਪਣੀ ਐਡਜਸਟਮੈਂਟ ਕਰ ਲਵਾਂਗੇ, ਕਿਉਂਕਿ ਉਹਨਾਂ ਦਾ ਰਸਤਾ ਦੂਸਰੀ ਸਾਈਡ ਵਾਲੀ ਸਾਈਡ 'ਤੇ ਹੈ, ਉਹ ਜਿਹੜੀ ਅਗਲੀ ਸਾਈਡ ਦੀ ਦੀਵਾਰ ਹੈ ਉਹ ਦੀਵਾਰ ਉਹਨਾਂ ਨੇ ਪੱਟ ਕੇ ਉਹਨਾਂ ਦੀ ਖਤਮ ਹੋ ਜਾਣੀ ਅਤੇ ਉਹਨਾਂ ਦੀ ਦੀਵਾਰ 'ਤੇ ਨਵੀਂ ਬਣ ਜਾਣੀ ਹੈ। ਅਤੇ ਰੇਤ ਵਗੈਰਾ ਮਟੀਰੀਅਲ ਵਗੈਰਾ ਹਰ ਚੀਜ਼ ਉਹਨਾਂ ਦੀ ਆਈ ਹੋਈ ਸੀ, ਅਤੇ ਮੈਂ ਗਿਆ ਸੀ ਉੱਥੇ ਹਸਪਤਾਲ, ਉਹਨਾਂ ਹੋ ਕੇ ਆ ਗਿਆ। ਮੈਂ ਕਿਹਾ ਚਲੋ ਆਪਣੇ ਭੈਣ ਭੈਣ ਨਾਲ ਜਿਹੜਾ ਇੱਧਰ ਦਾ ਕੰਮ ਹੈ ਉਹ ਵੀ ਮੈਂ ਕਿਹਾ ਸੀ ਆਪਣੇ ਭੈਣ ਭੈਣ ਨਾਲ ਲਾਜ਼ਮੀ ਸ਼ੇਅਰ ਕਰ ਲਈਏ। ਅਤੇ ਇਸ ਸਾਈਡ ਦੇ ਸਾਡੇ ਸਾਹਮਣੇ ਬੋਤਲਾਂ ਵਾਲੀ ਫੈਕਟਰੀ ਹੈ, ਉਹ ਵੀ ਆਪਣਾ ਕੰਮ ਵਗੈਰਾ ਕਰ ਰਹੇ। ਮੈਂ ਸਕੂਲਾਂ ਨੂੰ ਛੁੱਟੀਆਂ ਵਗੈਰਾ ਹੋ ਗਈਆਂ ਅਤੇ ਕੋਈ ਬੱਚੇ ਆ ਰਹੇ ਹਨ ਜਾ ਰਹੇ ਹਨ, ਹਰ ਬੱਚਾ ਆਪਣੀ ਆਪਣੀ ਇੱਕ ਰੂਟੀਨ 'ਚ ਹੈ। ਅਤੇ ਉਸ ਤੋਂ ਬਾਅਦ ਦੇ ਇਸ ਸਾਈਡ 'ਤੇ ਸਾਡੀ ਦੁਕਾਨ ਵੀ ਮਾਸ਼ਾਅੱਲਾ 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 ਬਿਹਤਰੀਨ ਚੱਲਦੀ ਪਈ ਹੈ। ਅਤੇ ਬਿਸਮਿਲ੍ਲਾ ਕਰਿਆਨਾ ਸਟੋਰ ਜ਼ੈਨੁੱਲ ਆਬਦੀਨ ਖਾਨ ਅਤੇ ਜ਼ੁਲਕਨੈਨ ਖਾਨ ਦੋਨੋਂ ਮੇਰੇ ਬੇਟੇ ਨੇ। ਜ਼ੈਨੁੱਲ ਆਬਦੀਨ ਮੇਰੇ ਬੜੇ ਬੇਟਾ ਦਾ ਨਾਂ ਹੈ, ਜ਼ੁਲਕਨੈਨ ਮੇਰੇ ਛੋਟੇ ਬੇਟੇ ਦਾ ਨਾਂ ਹੈ। ਮਾਸ਼ਾਅੱਲਾ ਕੋਈ ਵੀ ਚੀਜ਼ ਸ਼ਾਰਟ ਆਉਂਦੀ ਹੈ ਤਾਂ ਮੈਂ ਉਸ ਟਾਈਮ ਜਾ ਕੇ ਲਿਆ ਕੇ ਦੇ ਦਿੰਦਾ, ਤਾਂ ਕਿ ਜਿਹੜਾ ਗਾਹਕ ਵਗੈਰਾ ਆਵੇ ਉਹਨੂੰ ਅਸੀਂ ਉਸ ਟਾਈਮ ਇੱਥੋਂ ਹਰ ਚੀਜ਼ ਮਿਲੇ, ਤਾਂ ਕਿ ਅਗਲੀ ਦੁਕਾਨ ਸ਼ਾਇਦ ਉਹ ਜਾਵੇ ਨਾ। ਲੇਕਿਨ ਹੁਣ ਤਾਂ ਉਹੀ ਹੈ ਜੋ ਨਸੀਬ ਦੇ, ਜਿਹੜੇ ਗਾਹਕ ਸਾਡੇ ਕੋਲ ਆ ਜਾਂਦੇ ਹਨ, ਕਈ ਐਸੇ ਗਾਹਕ ਹੁੰਦੇ ਨੇ ਜਿਹੜੇ ਅਗਲੀ ਦੁਕਾਨ 'ਤੇ ਚਲੇ ਜਾਂਦੇ, ਹਰ ਕਿਸੇ ਦਾ ਆਪਣਾ ਆਪਣਾ ਦੁਕਾਨ ਵਾਲੇ ਦਾ ਨਸੀਬ ਹੁੰਦਾ ਹੈ, ਉਹਦੇ ਨਸੀਬ ਉਹਦੇ ਨਾਲ, ਸਾਡੇ ਨਸੀਬ ਸਾਡੇ ਨਾਲ। ਮਾਸ਼ਾਅੱਲਾ ਅੱਲਾ ਨੇ ਕਰਮ ਕੀਤਾ, ਸਾਡਾ ਇਸ ਸਿਲਸਿਲਾ ਦੁਕਾਨ ਵਾਲੇ ਚੱਲਦਾ ਪਿਆ, ਅੱਲਾ ਤਾਲਾ ਰੋਜ਼ੀ ਦੇ ਰਿਹਾ ਸ਼ਹਿਰ ਤੋਂ, ਕੁਛ ਮੇਰੇ ਸ਼ਹਿਰ ਤੋਂ ਵੀ, ਬਸ ਸਾਡੀ ਜ਼ਿੰਦਗੀ ਦਾ ਸਿਸਟਮ ਜਿਹੜਾ ਹੈ ਉਹ ਜਿਵੇਂ ਰੱਬ ਨੂੰ ਮਨਜ਼ੂਰ ਹੈ ਉਵੇਂ ਚੱਲਦਾ ਪਿਆ। ਅਤੇ ਸਾਡੇ ਨਾਲ ਵਾਲੇ ਜਿਹੜਾ ਖਾਲੀ ਪਲਾਟ ਸੀ ਹਮਸਾਇਆਂ ਦਾ, ਉਹ ਤਾਂ ਮੇਰੀ ਫੋਨ 'ਤੇ ਗੱਲ ਹੋਈ ਸੀ ਹਫ਼ਤਾ ਇੱਕ ਪਹਿਲੇ, ਉਹ ਕਹਿੰਦਾ ਸੀ ਸ਼ਾਇਦ ਚਲਾ ਹੀ ਗਿਆ ਹੋਵੇ ਕਿਉਂਕਿ ਉਹ ਇੱਥੇ ਨਹੀਂ ਰਹਿੰਦਾ, ਉਹ ਦੂਸਰੇ ਸ਼ਹਿਰ ਹੀ ਦੂਸਰਾ ਸ਼ੁਜਾਬਾਦ ਵਾਲੀ ਸਾਈਡ 'ਤੇ ਹੈ, ਅਤੇ ਅਸਾਂ ਵੈਸੇ ਉਹ ਕੰਮ ਕਰਦੇ ਸਾਊਦੀ ਅਰਬ, ਉੱਥੇ ਕਹਿੰਦਾ ਮੈਂ ਮਿਸਤਰੀਆਂ ਦਾ ਕੰਮ ਕਰਨਾ। ਕਹਿੰਦਾ ਹੁਣ ਮੈਂ ਆਇਆ ਸੀ ਛੁੱਟੀ ਅਤੇ ਮੈਂ ਚਾਰ ਦੀਵਾਰੀ ਕਰਾ ਚੱਲਿਆ, ਫਿਰ ਮੈਂ ਜਦੋਂ ਆਵਾਂਗਾ ਫਿਰ ਆ ਕੇ ਇਹਨੂੰ ਬੁਲਾਵਾਂਗਾ। ਮੈਂ ਕਿਹਾ ਚਲੋ ਤੁਹਾਡੀ ਆਪਣੀ ਮਰਜ਼ੀ ਦੀ ਗੱਲ ਹੈ, ਕੀ ਕਹਿ ਸਕਦੇ ਹਾਂ। ਅਤੇ ਇੱਥੇ ਕਰਦੇ ਜੀ ਅਸੀਂ ਆਪਣੀ ਵੀਡੀਓ ਦਾ ਐਂਡ, ਮਿਲਾਂਗੇ ਇੱਕ ਨਵੀਂ ਵੀਡੀਓ 'ਚ, ਰੱਬ ਸੁਣਨ ਦੇ ਵਾਲੇ ਜੀ, ਅੱਲਾ ਹਾਫਿਜ਼।